ਕੱਟਦਾ ਕੱਟ ਜਾਵੇ ਸਿੱਖ ਦੀ ਕੈਮਰ ਵੇ ਸਰਦਾਰੀ ਕਿ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਕਿ ਦੁਨੀਆਂ ਦੇ ਨਕਸ਼ੇ ਤੇ ਵੱਖਰਾ ਸਿੰਘ ਦਿਖੂਗਾ ਮੇਰਾ ਕਿ ਸਰਬੰਸ ਦਾ ਨਹੀਂ ਆਵੇ ਕਿ ਤੇਰਾ ਕੌਣ ਦਊਗਾ ਦੇਣਾ ਸਰਬੰਸ ਦਾ ਨਹੀਂ ਆਵੇ ਕਿ ਤੇਰਾ ਕੌਣ ਦਊਗਾ ਦੇਣਾ ਲਓ ਉੱਧਰ ਕਹਿੰਦੇ ਲੱਗਦਾ ਹੋਇਆ ਜੱਫਾ ਤੇ ਸਾਡੇ ਬਿੱਟੂ ਨਮਾਜੀ ਪੁਰਾਣੇ ਇਸ਼ਾਰਾ ਕਰਦੇ ਨੇ ਕਿ ਅੰਕ ਜਿਹੜਾ ਹੈ ਜਾਫੀ ਦੇ ਖਾਤੇ ਜੁੜ ਚੁੱਕਿਆ ਲਓ ਰੇਡ ਕਹਿੰਦੇ ਕ੍ਰਿਸ਼ ਦੀ ਪੈ ਚੁੱਕੀ ਕ੍ਰਿਸ਼ ਦੀ ਰੇਡ ਪੈ ਚੁੱਕੀ ਉੱਧਰ ਡਡਵਿੰਡੀ ਵਾਲੇ ਐਨ ਕਹਿੰਦੇ ਲੋੜ ਜੇ ਹੋ ਗਏ ਆ ਲਓ ਦੇਖਾਂਗੇ ਕਿ ਇੱਕ ਨੰਬਰ ਤੋਂ ਜਾਂ ਦੋ ਨੰਬਰ ਤੋਂ ਟਰਾਈ ਕਰ ਦਿੱਤੀ ਲਓ ਮੁੰਡਾ ਬੜਾ ਖਰਾਬ ਇਹ ਕ੍ਰਿਸ਼ ਨੂੰ ਡੱਕਣਾ ਕਿਤੇ ਸੌਖੀ ਗੱਲ ਥੋੜੋ ਆ ਕ੍ਰਿਸ਼ ਚਪੈਂਜੀ ਲਓ ਗੁੱਲਾ ਜਸਵਿੰਦਰ ਸਿੰਘ ਜੀ ਜੋਰ ਕਨੇਡਾ ਵੱਲੋਂ ਦੋਨਾਂ ਟੀਮਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਬਹੁਤ ਬਹੁਤ ਲੋ ਕਹਿੰਦੇ ਰੇਡ ਪੈਣ ਜਾ ਰਹੀ ਆ ਰੇਡ ਕਹਿੰਦੇ ਪੈਣ ਜਾ ਰਹੀ ਆ ਗੁੱਲੇ ਦੀ ਰੇਡ ਆ ਲੋ ਗੁੱਲਿਆ 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 ਬਹੁਤ ਗੁੱਲਿਆ ਮੈਂ ਪਹਿਲਾਂ ਆਖਿਆ ਸੀ ਕਿ ਮੁੰਡਾ ਬੜਾ ਖਰਾਬ ਆ ਇਹ ਗੁੱਲਾ ਬੜਾ ਖਰਾਬ ਆ ਗੁੱਲਾ ਬੜਾ ਖਰਾਬ ਆ ਗੁੱਲਾ ਬੜਾ ਖਰਾਬ ਆ ਵਾਹ ਤੇਰੇ ਵਾਹ ਤੇਰੇ ਇਹਨੇ ਸੱਪ ਜਿਹਾ ਨਹੀਂ ਬਣਾਇਆ ਮੁੰਡਾ ਮੁੰਡੇ ਵਾਕਈ ਕਹਿੰਦੇ ਵੀ ਐਨ ਦਿਲ ਦਿੱਤੇ ਇਹਨਾਂ ਦੇ ਕੋਚਾਂ ਦਾ ਧੰਨਵਾਦ ਹੈ ਕਿੰਨੀ ਇਹਨਾਂ ਨੇ ਹਾਰਡ ਜਿਹੜੀ ਮਿਹਨਤ ਕਰਨੀ ਹੈ ਵੀ ਐਕਸ਼ਨ ਵੀ ਦੱਸੇ ਹੋਣਗੇ ਵੀ ਕਿਹਨੇ ਕਿੱਦਾਂ ਦਾ ਕਰਨਾ ਹੈ ਪਰ ਫੇਰ ਕਿਹਨੇ ਕਿੱਦਾਂ ਡੰਗਿਆਂ ਦੇ ਕਰ ਦਿੱਤਾ ਹੈ ਪਰ ਜਦੋਂ ਨਾਂ ਬੋਲੇ ਜਾਂਦੇ ਇੱਕ ਵੱਖਰਾ ਹੀ ਸਵਾਦ ਹੁੰਦਾ ਦੁਗਾਰ ਵਾਲਾ ਪਿੱਟੂ ਹੁਣ ਮੈਂ ਆਪਣੇ ਦਾ ਜੱਫਾ ਲਾ ਰਿਹਾ ਵੀ ਹੱਥ ਛੱਡੇ ਹੋਏ ਗੋਚੀ ਲਾ ਕੇ ਜਿਹੜੀ ਅਮਨ ਕਰਵੀ ਗੱਲ ਫਿਰ ਮੁੰਡੇ ਦੀ ਦੋਨੇ ਟੀਮਾਂ ਸਾਡੇ ਲੱਕੀ ਕੁਰਾਲੀ ਤੇ ਦੀਪੇ ਕੁਰਾਲੀ ਨੇ ਸਪੌਂਸਰ ਕੀਤਾ ਵੋਟ ਕਰ ਲਓ ਜਿਹੜੀਆਂ ਬੱਚਿਆਂ ਦੀਆਂ ਦੋਨੇ ਟੀਮਾਂ ਲਓ ਉੱਪਰ ਪੱਲੇ 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 ਬਹੁਤ ਪਿੱਛੋਂ ਦੀ ਨਾ ਥੱਪੜ ਮਾਰ ਮੋਹਰ ਦੀ ਮਾਰ ਪਿੱਛੋਂ ਦੀ ਨਾ ਧੱਪ ਧੱਪ ਮਾਰ ਮੋਹਰ ਦੀ ਆ ਬੇਨਤੀ ਆ ਫਾਈਨਲ ਦੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ 'ਚ ਆ ਜਾਣ ਪ੍ਰਬੰਧਕ ਵੀਰ ਕਹਿੰਦੇ ਵੀ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਇਹਨਾਂ ਦੇ ਕੋਚ ਨੂੰ ਬੇਨਤੀ ਆ ਵੀ ਇੱਕ ਤਾਂ ਬੰਦਾ ਆਪਾਂ ਬੁਗਲੇ ਨੂੰ ਥਾਪੀਆਂ ਮਾਰ ਕੇ ਵੀ ਲਾਈਏ ਫਿਰ ਦੁਨੀਆ ਭੁੱਲ ਇਹ ਨਹੀਂ ਰਹੀ ਸਰ ਲਓ ਕਹਿੰਦਾ ਪੀਕੇ ਆ ਗਿਆ ਲਓ ਪੀਕੇ ਦੀ ਕਬੱਡੀ ਤੇ ਆਪਾਂ ਵੇਖਾਂਗੇ ਕਿ ਜੱਫਾ ਲੱਗੇਗਾ ਕਿ ਨਹੀਂ ਕੁਛ ਪੀਕੇ ਆ ਗਿਆ ਲਓ ਪੀਕੇ ਪੀਕੇ ਕੀ ਪੀਤਾ ਆਪ ਕੀ ਪੀਤਾ ਲਓ ਸਦਕੇ ਉਹ ਤੇਰੇ ਸਦਕੇ ਕ੍ਰਿਸ਼ ਕ੍ਰਿਸ਼ ਦੀ ਕਬੱਡੀ ਪੈਣ ਜਾ ਰਹੀ ਹੈ ਲਓ ਕ੍ਰਿਸ਼ ਕਹਿੰਦਾ ਖੇਡ ਦਾ ਮੈਦਾਨ ਵਿੱਚ ਵਧਿਆ ਹੋਇਆ ਪਈ ਹੋਰ ਰੇਡ ਤੇ ਆਪਾਂ ਵੇਖਾਂਗੇ ਕਿ ਡਡਵਿੰਡੀ ਵਾਲੇ ਜੱਫਾ ਲਾਉਣ ਜਾਂ ਕਹਿੰਦੇ ਆ ਤਾਂ ਸਮੇਂ ਦੀਆਂ ਗੱਲਾਂ ਬਾਤਾਂ ਲਓ ਉੱਧਰ ਕ੍ਰਿਸ਼ ਦੀ ਰੇਡ ਤੇ ਗੁੱਲੇ ਨੇ ਟਰਾਈ ਕੀਤੀ ਆ ਪਰ ਗੁੱਲੇ ਦੇ ਲੱਗਦਾ ਸਮਝ ਚ ਨਹੀਂ ਆਇਆ ਕ੍ਰਿਸ਼ ਲਓ ਬੁਗਲਾ ਲਓ ਕਹਿੰਦੇ ਬੁਗਲਾ ਆ ਗਿਆ ਖੇਡ ਦੇ ਮੈਦਾਨ ਅੰਦਰ ਇੱਕ ਬੁਗਲੇ ਦਾ ਕਹਿੰਦੇ ਤੂਤੀ ਬੋਲਦੀ ਆ ਕਹਿੰਦੇ ਕਬੱਡੀ ਕੱਪਾ ਤੇ ਉਹ ਬੱਲੇ 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 ਬਈ ਐਕਸ਼ਨ ਤਾਂ ਵੱਜਣੇ ਆ ਐਕਸ਼ਨ ਤਾਂ ਵੱਜਣੇ ਆ ਐਕਸ਼ਨ ਤਾਂ ਵੱਜਣੇ ਆ ਲਓ ਚਪੈਂਜੀ ਦੀ ਰੇਡ ਉਹ ਤਾਂ ਲਾਗੇ ਵੀ ਨਹੀਂ ਲੱਗਿਆ ਪਿੱਛੇ ਡਿੱਗ ਗਿਆ ਚਪੈਂਜੀ ਲੱਖਾ ਜਿਹਾ ਅੰਕ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਲਓ ਰੇਡ ਕਹਿੰਦੇ ਤਾਂ ਡਡਵਿੰਡੀ ਵੱਲੋਂ ਪੀਕੇ ਦੀ ਪੈ ਚੁੱਕੀ ਪੀਕੇ ਦੀ ਰੇਡ ਤੇ ਆਪਾਂ ਵੇਖਾਂਗੇ ਦੋ ਨੰਬਰ ਤੋਂ ਟਰਾਈ ਕਰ ਦਿੱਤੀ ਕਿ ਦੋ ਨੰਬਰ ਦਾ ਬੰਦਾ ਮਾੜਾ ਦੋ ਨੰਬਰ ਦਾ ਧੰਦਾ ਪਰ ਦੋ ਨੰਬਰ ਦਾ ਲੱਗ ਜੇ ਚੱਪੇ ਤੇ ਹੋ ਜੇ ਰੇਡਰ ਦਾ ਮੰਦਾ ਫਿਰ ਦੋ ਨੰਬਰ ਦਾ ਜੱਫਾ ਵੇਖਾਂਗੇ ਬੱਲੇ 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 ਕਬੱਡੀ 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 ਵਾਹ ਤੇਰੇ ਉਹ ਦਰਸ਼ਕ ਵੀਰੋ ਜੇ ਨਾਮਦਾਰ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਦਰਸ਼ਕ ਵੀਰੋ ਇਹ ਪਟੀ ਲਾਈ ਹੋਈ ਆ ਲੋ ਜ਼ਹਿਰ ਦੀ ਕਹਿੰਦੇ ਕਬੱਡੀ ਪੈਣ ਜਾ ਰਹੀ ਆ ਜ਼ਹਿਰ ਕਹਿੰਦੇ ਖੇਡ ਦੇ ਮੈਦਾਨ ਵਿੱਚ ਲੋ ਜ਼ਹਿਰ ਵਧਿਆ ਹੋਇਆ ਪਰ ਜ਼ਹਿਰ ਕਿਸੇ ਨੂੰ ਲੱਗ ਨਾ ਜਾਵੇ ਲੋ ਜ਼ਹਿਰ ਤੋਂ ਡਰਦੇ ਫਿਰਦੇ ਆ ਕਿ ਜ਼ਹਿਰ ਤੋਂ ਡਰਦੇ ਫਿਰਦੇ ਆ ਲੋ
ਲੱਗੀ ਹੋਈ ਕਿੰਚੀ ਤੇ ਹਾਰ ਜੇਲ ਹੁੰਦੀ ਹੈ। ਬਗਾਨੇ ਪੁੱਤ ਇਵੇਂ ਪੇੜ ਦਿੰਦੇ ਜਿਵੇਂ ਚੱਕਲੇ ਤੇ ਰੋਟੀ ਬੇਲ ਹੁੰਦੀ ਹੈ, ਜਿਵੇਂ ਚੱਕਲੇ ਤੇ ਰੋਟੀ ਬੇਲ ਹੁੰਦੀ ਹੈ। ਬੱਲੇ 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 ਫਿੱਟੂ ਫਿੱਟੂ ਥੱਪੜ ਨਾ ਮਾਰ, ਉਹ ਫਿੱਟੂਆ ਥੱਪੜ ਨਾ ਮਾਰ ਫਿੱਟੂਆ। ਉਹਨਾਂ ਫਿੱਟੂ ਜਿਹਨੇ ਪਈਆ ਉਹ ਕੌਣ ਆ ਪੁੱਛੀ, ਉਹਦੇ ਪੱਜ ਬਹੁਤ ਗਿਆ ਉਹਨੇ। ਅਮਰੀਕ ਜੀ ਫਿੱਟੂ ਨੂੰ ਕੈਂਚੀ ਲੱਗੀ, ਫੜ ਫੜ ਥੱਪੜ ਮਾਰੇ ਫਿੱਟੂ ਫੜ ਫੜ। ਸਾਹਮਣੇ ਨਾ ਵੀਡੀਓ ਬਣਾਉਂਦਾ ਗਰਾਊਂਡ 'ਚ ਦੇਖ, ਆਵੇ ਤੇਰੇ ਕੋਲੇ ਸਾਰਾ ਕੁਝ ਤੇਰਾ ਹੀ ਹੋਇਆ। ਇਹ ਮੁੰਡਾ ਦਿਲਰਾਜ ਆ ਦੀਪੇ ਭਾਜੀ ਦਾ ਸਪੁੱਤਰ। ਲਾ ਉਧਰ ਕ੍ਰਿਸ਼ ਦੀ ਰੋਡ ਤੇ ਬੱਲੇ 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 ਕਬੱਡੀ 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 ਕਬੱਡੀ। ਕਾਲੀ ਇਹਨਾਂ ਨੂੰ ਹੂਟਰ ਨਹੀਂ ਸੁਣਦਾ, ਇਹਨਾਂ ਨੂੰ ਆਪ ਕਹਿ ਕੇ ਹਟਾਉਣਾ ਪੈਣਾ, ਇਹਨਾਂ ਨੂੰ ਹੂਟਰ ਨਹੀਂ ਸੁਣਦਾ। ਇਹ ਆਪਣੀ ਮਸਤੀ ਚ ਰੰਗੇ ਹੋਏ ਆ, ਰੱਬ ਦਾ ਰੂਪ ਆ। ਲੋ ਕਹਿੰਦੇ ਰੇਡ ਪੈ ਚੁੱਕੀ ਆ, ਰੇਡ ਕਹਿੰਦੇ ਖੇਡ ਦੇ ਮੈਦਾਨ ਵਿੱਚ। ਲੋ ਉੱਧਰ ਲੋ ਬੱਲੇ 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 ਬੱਲੇ। ਉਹ ਜੈਬਰਾ, ਇਹ ਜੈਬਰਾ ਵਾ ਜੈਬਰਾ, ਲੋ ਜੈਬਰਿਆ ਜੈਬਰਾ। ਪ੍ਰਬੰਧਕ ਵੀਰ ਕਹਿੰਦੇ ਵੀ ਫਾਈਨਲ ਦੀ ਟੀਮਾਂ ਜਿਹੜੀਆਂ ਜਲਦੀ ਗਰਾਊਂਡ 'ਚ ਆ ਜਾਵੇ। ਇੱਕ ਟੀਮ ਆ ਗਈ ਆ, ਦੂਜੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਕਿਰਪਾ ਕਰਕੇ। ਇੱਕ ਟੀਮ ਆ ਗਈ ਆ, ਦੂਜੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਕਿਰਪਾ ਕਰਕੇ। ਇੱਕ ਟੀਮ ਆ ਗਈ ਹੈ ਤੇ ਦੂਜੀ ਟੀਮ ਨੂੰ ਇੱਕ ਮਿੰਟ ਆ, ਜੇ ਇੱਕ ਮਿੰਟ ਦੇ ਵਿੱਚ ਨਹੀਂ ਆਉਣ ਤੇ ਪ੍ਰਬੰਧਕ ਕਹਿੰਦੇ ਅਸੀਂ ਪ੍ਰਾਈਜ਼ ਦੇ ਵਿੱਚੋਂ ਪੈਸੇ ਕੱਟਾਂਗੇ। ਇੱਕ ਟੀਮ ਆ ਗਈ ਆ, ਦੂਜੀ ਟੀਮ ਜਲਦੀ ਆ ਜਾਵੇ ਫਾਈਨਲ ਦੀ। ਲੋ ਪੀਕੇ ਦੀ ਰੇਡ ਪੈ ਚੁੱਕੀ, ਪੀਕੇ ਦੀ ਰੇਡ ਤੇ ਆਪਾਂ ਦੇਖਾਂਗੇ ਰਾਏਪੁਰ ਰਾਈਆਂ ਵਾਲੇ ਡੱਕ ਪਾਉਣਗੇ ਕਿ ਨਹੀਂ। ਲੋ ਪਈ ਹੋਈ ਪੀਕੇ ਦੀ ਰੇਡ, ਲੋ ਇੱਧਰ ਸੱਜੇ ਖੱਬੇ, ਲੋ ਕਦੀ ਉੱਤੇ ਤੇ ਕਦੀ ਥੱਲੇ। ਲੋ ਪੀਕੇ ਬੱਲੇ 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 ਬੱਲੇ। ਵਾਓ ਤੇਰੇ, ਵਾਓ ਤੇਰੇ ਪੀਕੇ। ਲੋ ਰੇਡ ਕਹਿੰਦੇ ਪੈਣ ਜਾ ਰਹੀ ਆ, ਲੋ ਕਹਿੰਦਾ ਖੇਡ ਦੇ ਮੈਦਾਨ ਵਿੱਚ ਜ਼ਹਿਰ, ਲੋ ਜ਼ਹਿਰ ਦੀ ਰੇਡ ਪੈਣ ਜਾ ਰਹੀ ਆ। ਲੋ ਜ਼ਹਿਰ ਵਧਿਆ ਹੋਇਆ ਖੇਡ ਦੇ ਮੈਦਾਨ ਵਿੱਚੋਂ, ਉੱਧਰ ਵੇਖਾਂਗੇ। ਲੋ ਫੜਿਆ ਗੁੱਟ, ਲੋ ਬੱਲੇ 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 ਕਬੱਡੀ ਕਬੱਡੀ ਕਬੱਡੀ। ਲੋ ਜ਼ਹਿਰ ਨੂੰ ਚੱਫਾ ਲੱਗ ਦਿੱਤਾ ਆ ਮੁੰਡੇ ਦੇ ਨਾਮ ਗੁੱਲਾ। ਲੋ ਗੁੱਲਾ ਇੱਦਾਂ ਭੱਜ ਜਾ ਕੇ ਰੇਡ ਪਾ ਕੇ ਆ।